भाखड़ा डैम वालों छड़िया गया पानी जो कि सतलुज दरिया के आया है। असी इस समय खड़े हाँ बूंगा साहिब के करीब जिथे सतलुज दरिया के उत्ते बनया पुल है। तुसी मेरे पिछे वेख सकते हो नंगल डैम तो जो छड़िया होया पानी सतलुज दरिया के किस तरह मारो मार कर रहा है। इस समय बिल्कुल तस्वीर जो तुसी अपनी टीवी स्क्रीन अपने मोबाइल की स्क्रीन पर वेख रहे हो ये सतलुज दरिया दियाँ वो लाइव तस्वीर ने। घट्टो घट तकरीबन ज़्यादा नहीं तो 2-2 किलोमीटर तक दे पानी ने इस पानी ने जो मार की हुई है। इस समय फसलां जड़ियां पानी दे विच पूरी तरह डुब चुकी हैं। पापुलर दे बूटे जो कि 3-3, 4-4 साल दी एज दे हो चुके ने वो भी पानी दी मार हेठ आ चुके ने। जेकर गल की जाए पापुलर सामने जो दृश्य दिख रहे हैं पापुलर खड़े हुए हैं पर दरिया का पानी उत्थे घूमण कारण दरिया का पानी जो पूरी तरह पापुलर के उत्ते भी भारू पे है पापुलर डिग चुके ने। इस समय साढ़े नाल कुछ लोग गलबात करन लई मौजूद ने साढ़े नाल पिंड दे ही किसान इत्थे मौजूद ने गल कर लई जावे जी। तुहाडा पिंड यही है जी? हाँ साडा पिंड मियांपुर हंडूर जी। की नाम है जी? प्रीतम सिंह जी। अच्छा जी किन्ने क पानी ने सतलुज दरिया ने कितने तक पानी ने मार की है? तकरीबन साडा पिंड इत्थों 1 किलोमीटर है जी। 1 किलोमीटर तक साढ़े पूरी तबाही मचाती बद तो बद सारे नुकसान है सारी फसल डुबी पई है। इस टाइम कि फसल डुबी फसल झोना तो मक्की है चरी है ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ? ਨੁਕਸਾਨ ਸਾਰੇ ਤਕਰੀਬਨ 100% ਸਾਡੀ ਜ਼ਮੀਨ ਦਾ ਕੀ ਨੁਕਸਾਨ ਹੈ ਜੀ? ਸਾਡੀ ਜ਼ਮੀਨ ਦਾ ਨੁਕਸਾਨ ਹੈ ਵੀ ਸਾਰਾ ਫਸਲ ਜਿਹੜੀ ਸਾਰੀ ਪਾਣੀ 'ਚ ਡੁੱਬੀ ਹੋਈ ਹੈ ਜੀ। ਜੀ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਹੋਰ ਲੋਕਾਂ ਦੇ ਵੀ ਜੋ ਮਤਲਬ ਵੀ ਪਿੰਡ 'ਚ ਕਿੰਨੀ ਕੁ ਮਾਰ ਪਈ ਹੈ ਪਾਣੀ ਦੀ? ਪਿੰਡ ਤਕਰੀਬਨ ਸਾਡਾ ਮੀਆਂਪੁਰ ਹੰਡੂਰ 9 ਲੱਖਾਂ ਡੱਡ ਹੀ ਤਕਰੀਬਨ 100% ਸਾਡੀ ਫਸਲ ਦਾ ਨੁਕਸਾਨ। ਜੇਕਰ ਗੱਲ ਕੀਤੀ ਜਾਵੇ ਸਤਲੁਜ ਦਰਿਆ ਜਿੱਥੇ ਤੱਕ ਵੀ ਜਾਂਦਾ ਹੈ ਦਰਜਨਾਂ ਪਿੰਡਾਂ ਦੀ ਗੱਲ ਕੀਤੀ ਜਾ ਰਹੀ ਹੈ ਵੀ ਦਰਜਨਾਂ ਪਿੰਡ ਜੋ ਹੈ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ। ਹਾਂਜੀ ਪੂਰੀ ਤਰ੍ਹਾਂ ਤਬਾਹੀ ਜਿਹੜੀ ਥੱਲੇ ਵੀ ਇੱਧਰ ਝੱਖੀਆਂ ਬੇਲੀਆਂ ਤੱਕ ਸਾਰੇ ਜਿਹੜੀ ਫਸਲ ਸਾਰੀ ਤਬਾਹੀ ਹੋ ਗਈ। ਕੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ? ਹਲੇ ਤੱਕ ਤਾਂ ਕੋਈ ਨਹੀਂ ਪਹੁੰਚਿਆ। ਸਵੇਰ ਦਾ ਪਾਣੀ ਆਇਆ ਹੋਇਆ ਜੀ ਰਾਤ ਦਾ ਹਲੇ ਤੱਕ ਤਾਂ ਕੋਈ ਨਹੀਂ ਅਸੀਂ ਮੌਕੇ ਤੇ। ਕਿਹਾ ਜਾਂਦਾ ਉਹ ਸਾਹਮਣੇ ਜੋ ਪਿੰਡ ਨੇ ਉੱਥੇ ਦੇ ਲੋਕ ਵੀ ਫਸੇ ਹੋਏ ਨੇ? ਫਸੇ ਪਏ ਜੀ ਪਾਣੀ ਦੇ ਵਿੱਚ ਫਸੇ ਹੋਏ ਆ। ਤੇ ਲੋਕਾਂ ਦੀਆਂ ਸਾਡੇ ਇੱਕ ਬਾਸ ਹੈ ਇੱਥੇ ਤਿੜਕ ਗਾਂਧੀ ਉਹ ਤਕਰੀਬਨ ਸਾਰਾ ਪਿੰਡ ਡੁੱਬਿਆ ਵਾ ਅਤੇ ਇੱਧਰ ਤਿੜਕਰਮਾ ਪਿੰਡ ਹੈ ਇਹ ਸਾਰਾ ਪਾਣੀ ਡੁੱਬਿਆ ਹੋਇਆ ਪਾਣੀ ਦੀ ਲਪੇਟ 'ਚ ਆਇਆ ਆਲਾ ਦੁਆਲਾ ਸਾਰੀ ਪਾਣੀ ਥੋੜ੍ਹਾ ਘਰਾਂ 'ਚ ਵੀ ਡੁੱਬਿਆ ਹੋਇਆ। ਕਿਹਾ ਜਾਂਦਾ ਹੈ ਜੋ ਪਸ਼ੂ ਡੰਗਰ ਹੈ ਉਹ ਵੀ ਪਾਣੀ ਦੇ ਵਿੱਚ ਤੇਜ਼ ਵਹਾਅ ਦੇ ਵਿੱਚ ਕਈ ਲੋਕਾਂ ਦੇ ਵਹਾਅ ਵੀ ਹੋ ਗਏ ਨੇ ਮਤਲਬ ਚੱਲ ਗਏ ਨੇ। ਹਾਂ ਜਿਹੜੇ ਕੁਛ ਦਰਿਆ ਦੇ ਲਾਗੇ ਹੈ ਸਾਡਾ ਕਿਲੋਮੀਟਰ 'ਤੇ ਹੈ ਸਾਡਾ ਥੋੜ੍ਹਾ ਜਿਹਾ ਬਚਾਅ ਪਸ਼ੂਆਂ ਦਾ ਬਚਾਅ ਹੈਗਾ ਬਾਕੀ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੈ। ਜੀ ਬਿਲਕੁਲ ਇਸ ਸਮੇਂ ਕਿਸਾਨਾਂ ਦਾ ਵੀ ਕਹਿਣਾ ਇਹੀ ਹੈ ਪਿੰਡ ਵਾਸੀਆਂ ਦਾ ਵੀ ਇਹੀ ਕਹਿਣਾ ਹੈ ਕਿ ਪਾਣੀ ਨੇ ਇੰਨੀ ਕੁ ਮਾਰ ਕੀਤੀ ਹੈ ਕਿ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਤੁਸੀਂ ਮੇਰੇ ਪਿੱਛੇ ਫਿਰ ਆਪਾਂ ਦਿਖਾਉਣਾ ਚਾਹਾਂਗੇ ਕੈਮਰੇ ਦੀ ਅੱਖ ਨਾਲ ਕਿ ਕਿਸ ਤਰ੍ਹਾਂ ਇੱਥੇ ਪਾਣੀ ਦੀ ਮਾਰ ਜੋ ਹੈ ਲੋਕਾਂ ਦੇ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਕੀਤੀ ਗਈ ਹੈ। ਉਹ ਸਾਹਮਣੇ ਤੱਕ ਖੇਤ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਖੇਤ ਜੋ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਜਿਸ ਕਾਰਨ ਲੋਕਾਂ ਦਾ ਜੀਣਾ ਤਾਂ ਨਾਮੁਮਕਿਨ ਹੈ। ਪ੍ਰਸ਼ਾਸਨ ਨੇ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਉਹਨਾਂ ਦੀ ਹੈਲਪ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਕੋਈ ਸਾਰ ਨਹੀਂ ਲਿੱਤੀ ਗਈ। ਕੈਮਰਾਮੈਨ ਰਵੀ ਕੁਮਾਰ ਦੇ ਨਾਲ ਚਵੇਸ਼ ਲਟਾਵਾ ਸ਼੍ਰੀ ਅਨੰਦਪੁਰ ਸਾਹਿਬ।